ਮੈਂ ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕੇਐਮਐਮ ਅਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਕੱਲ੍ਹ ਸ਼ਹੀਦ ਸੁਭਕਰਨ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਹੀਦੀ ਸਮਾਗਮ ਜਿਹੜਾ ਐਲਾਨ ਕੀਤਾ ਵਾ। ਸਰਕਾਰ ਕਹਿ ਰਹੀ ਸੀ ਵੀ ਤੁਸੀਂ ਟਰੈਕਟਰ ਟਰਾਲੀਆਂ ਨੂੰ ਛੱਡ ਕੇ ਜਿੱਦਾਂ ਮਰਜ਼ੀ ਚਲੇ ਜਾਓ, ਪਰ ਪੰਜਾਬ ਵਾਲੇ ਅਸੀਂ ਦਿੱਲੀ ਜਾਣ 'ਤੇ ਕਾਇਮ ਹੈਗੇ ਹਾਂ। ਉਦੋਂ ਪੰਜਾਬ ਹਰਿਆਣਾ ਦਿੱਲੀ ਜਾਊਗਾ ਟਰੈਕਟਰ ਟਰਾਲੀਆਂ ਦੇ ਜਦੋਂ ਰਾਜ ਸਰਕਾਰ ਰਾਹ ਖੁੱਲ੍ਹੇ ਦਊਗੀ। ਅਸੀਂ ਉਸ ਗੱਲ 'ਤੇ ਕਾਇਮ ਹਾਂ। ਬਹੁਤ ਸਾਰੇ ਸੂਬੇ ਸਾਡੇ ਆ ਉਹ ਟਰੈਕਟਰ ਟਰਾਲੀਆਂ 'ਤੇ ਆ ਹੀ ਨਹੀਂ ਸਕਦੇ, ਬਹੁਤ ਸਾਰੇ ਇਹੋ ਜਿਹੇ ਖੇਤਰ ਆ ਉਹ ਚੱਲ ਕੇ ਆ ਸਕਦੇ ਆ। ਤੋ ਦੂਜੇ ਜਿਹੜੇ ਸੂਬੇ ਨੇ ਉਹਨਾਂ ਨੂੰ ਅਸੀਂ ਫੈਸਲਾ ਕੀਤਾ ਵੀ ਤੁਸੀਂ 6 ਮਾਰਚ ਨੂੰ ਚਾਹੇ ਟ੍ਰੇਨਾਂ ਰਾਹੀਂ ਚਾਹੇ ਬੱਸਾਂ ਰਾਹੀਂ ਚਾਹੇ ਉਹ ਪੈਦਲ ਚੱਲ ਕੇ ਵੀ, ਬਹੁਤ ਸਾਰੇ ਪੈਦਲ ਵੀ ਚੱਲ ਸਕਦੇ, ਉਹਨਾਂ ਦੇ ਰਾਹਾਂ 'ਤੇ ਉਹ ਦਿੱਲੀ ਜਾਣਗੇ। ਹੁਣ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਨਾ, ਪਹਿਲਾਂ ਵੀ ਟ੍ਰੇਨਾਂ 'ਤੇ ਆਏ ਕਿਸਾਨਾਂ ਨੂੰ ਦਿੱਲੀ 'ਚ ਗ੍ਰਿਫਤਾਰ ਕੀਤਾ ਸੀਗਾ। ਜਾਂ ਸਰਕਾਰ ਐਲਾਨ ਕਰ ਦੇਵੇ ਵੀ ਠੀਕ ਆ, ਦੇਸ਼ ਦੇ ਦੂਜੇ ਕਿਸਾਨ ਆ ਕੇ ਜੰਤਰ ਮੰਤਰ 'ਤੇ ਮੋਰਚਾ ਲੜਨ, ਸਾਨੂੰ ਕੋਈ ਇਤਰਾਜ਼ ਨਹੀਂ, ਪਤਾ ਲੱਗ ਜੂ। ਤੋ ਜੇ ਸਰਕਾਰ ਦਿੱਲੀ ਦੇ ਵਿੱਚ ਦੂਜਿਆਂ ਸੂਬਿਆਂ ਨੂੰ ਜਿਨ੍ਹਾਂ ਨੇ ਹੋਰਨਾਂ ਥਾਵਾਂ 'ਤੇ ਆਉਣਾ ਜੰਤਰ ਮੰਤਰ 'ਤੇ ਮੋਰਚਾ ਲਾਉਣ ਦੂਗੀ, ਇੱਕ ਮੋਰਚਾ ਉੱਥੇ ਚੱਲ ਜੂਗਾ, ਸਾਡੇ ਵਾਲਾ ਮੋਰਚਾ ਇੱਥੇ ਚੱਲੂਗਾ। ਇੱਕ ਤਾਂ ਇਹ ਐਲਾਨ ਹੈਗਾ ਜਿਹਨੂੰ ਕਈ ਮੀਡੀਆ ਦੇ ਵਿੱਚ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ। ਦੂਸਰਾ, ਅਸੀਂ ਇੱਕ ਤੀਜਾ ਮੋਰਚਾ ਹੋਰ ਡੱਬ ਵਾਲੀ 'ਤੇ ਖੋਲ੍ਹਣ ਜਾ ਰਹੇ ਹਾਂ, ਉਹ ਵੀ ਤੁਹਾਡੇ ਸਾਹਮਣੇ ਆ ਜੂਗਾ। ਜਾਂ ਕਿ ਜਿਹੜਾ 10 ਮਾਰਚ ਦਾ ਐਲਾਨ ਹੈਗਾ 4 ਘੰਟੇ ਦਾ ਰੇਲਾਂ ਜਾਮ ਕਰਨ ਦਾ, ਉਹ ਦੇਸ਼ ਪੱਧਰ 'ਤੇ ਆ, ਉੱਥੇ ਸਾਰੇ ਥਾਵਾਂ 'ਤੇ 12 ਤੋਂ 4 ਵਜੇ ਤੱਕ ਜਿਹੜਾ ਵੇ ਕਰਾਂਗੇ। ਮੋਦੀ ਸਰਕਾਰ ਆਪਦੇ ਮੀਡੀਆ ਦੇ ਥਰੂ ਪੂਰੇ ਜ਼ੋਰ ਨਾਲ ਪ੍ਰਚਾਰ ਕਰਨ 'ਤੇ ਲੱਗੀ ਹੋਈ ਆ। ਉਹਨੂੰ ਲੱਗਦਾ ਵੀ ਇਹਨਾਂ ਦਾ ਮੁੱਦਾ ਡੀਰੇਲ ਕਰੀਏ। ਪ੍ਰਧਾਨ ਮੰਤਰੀ ਜੀ ਉਹ 2047 ਦਾ ਪਲੈਨ ਦੁਨੀਆ ਦੇ ਸਾਹਮਣੇ ਰੱਖ ਰਹੇ ਹੈਗੇ ਆ, ਪਰ ਅਸੀਂ ਕਹਿੰਦੇ ਵੀ ਆਪਾਂ 19 ਤੋਂ ਲੈ ਕੇ 24 ਦਾ ਹਿਸਾਬ ਕਰ ਦਈਏ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ। ਜਿਹੜਾ 2014 'ਚ ਆਉਣ ਲੱਗਿਆਂ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀਗਾ ਵੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦੇਵਾਂਗੇ, ਉਹ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਸਰਕਾਰ ਭੱਜ ਗਈ। ਉਹਦਾ ਜਵਾਬ ਕਿਹਨੇ ਦੇਣਾ ਹੈਗਾ? ਉਹ 15-15 ਲੱਖ ਵਾਲੀ ਗੱਲ ਉਹ ਮੋਦੀ ਸਰਕਾਰ ਭੁੱਲ ਗਈ, ਜਿਹੜਾ ਕਹਿੰਦੇ ਖਾਤਿਆਂ 'ਚ ਪਾ ਦਾਂਗੇ, ਬਾਅਦ 'ਚ ਕਹਿੰਦੇ ਇਹ ਜੁਮਲਾ ਸਾਬਤ ਹੋ ਗਿਆ ਵਾ। ਜਿਹੜੇ ਕਹਿੰਦੇ ਸੀ ਐਰ ਕਿ ਵੀ ਆਮਦਨ ਦੁੱਗਣੀ ਕਰ ਦਿਆਂਗੇ, ਇਹਦਾ ਕੀ ਹੋ ਗਿਆ? ਜਿਹੜੇ ਕਹਿੰਦੇ ਸਮਾਂ ਨਹੀਂ ਮਿਲ ਰਿਹਾ, ਜਿਹੜਾ 9 ਦਸੰਬਰ ਨੂੰ ਚਿੱਠੀ ਆਈ ਸੀ, 2 ਸਾਲ ਉਹਨੂੰ ਹੋ ਗਏ ਆ ਕਿ ਸਮਾਂ ਨਹੀਂ ਮਿਲਿਆ ਹੈਗਾ। ਇਹ 75-76 ਸਾਲ ਦਾ ਕਿਸਾਨਾਂ ਮਜ਼ਦੂਰਾਂ ਦੀ ਮੰਗ ਆ। ਕਿਹੜੀ ਕਿਸਾਨ ਜਥੇਬੰਦੀ ਮੰਗ ਨਹੀਂ ਕਰਦੀ ਰਹੇ ਵੀ ਸਾਨੂੰ MSP ਗਰੰਟੀ ਕਾਨੂੰਨ ਬਣਾ ਕੇ ਜਾਂ ਜਿਹੜੀਆਂ 23 ਫਸਲਾਂ ਦਾ ਐਲਾਨ ਕਰਦੀ ਉਹਦੀ ਪ੍ਰੋਕਿਓਰਮੈਂਟ ਨਾ ਕੀਤੀ ਜਾਵੇ? ਸੋ ਝੂਠਾ ਨੈਗੇਟਿਵ ਫੈਲਾਇਆ ਜਾ ਰਿਹਾ। ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨ ਲੈਂਦੀ। ਧੰਨਵਾਦ।